ਹੁਸ਼ਿਆਰਪੁਰ ਦੇ ਪਿੰਡ ਫਾਵੜਾ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪ ਦੀ ਹੋਈ ਬੇਅਦਬੀ। ਪਿੰਡ ਫਾਵੜਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪ ਦੀ ਬੇਅਦਬੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਪਿੰਡ ਅੰਦਰ ਪ੍ਰਪਾਤ ਫੇਰੀਆਂ ਕੱਢੀਆਂ ਜਾ ਰਹੀਆਂ ਸਨ ਤੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣੇ ਸਨ। ਪ੍ਰਪਾਤ ਫੇਰੀ ਤੋਂ ਬਾਅਦ ਸੰਗਤ ਆਪੋ ਆਪਣੇ ਘਰਾਂ ਨੂੰ ਚਲੀ ਗਈ ਤੇ ਕੁਝ ਸਿੰਘ ਗੁਰਦੁਆਰਾ ਵਿਖੇ ਹੀ ਹਾਲ ਤੋਂ ਬਾਹਰ ਕੰਮ ਕਰ ਰਹੇ ਸਨ। ਬਾਬਾ ਲਖਵਿੰਦਰ ਸਿੰਘ ਗੁਰਦੁਆਰੇ ਕਰੀਬ 10:30 ਵਜੇ ਅੰਦਰ ਹਾਲ 'ਚ ਗਿਆ ਤੇ ਮੱਥਾ ਟੇਕਿਆ। ਜਦ ਉਸਦੀ ਨਜ਼ਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਈ ਤਾਂ ਉਸਨੂੰ ਕੁਝ ਅਜੀਬ ਲੱਗਿਆ। ਜਦ ਉਸਨੇ ਨੇੜੇ ਜਾ ਕੇ ਵੇਖਿਆ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 7 ਅੰਗ ਪਾੜੇ ਹੋਏ ਸਨ, ਜਿਸ ਦੀ ਜਾਣਕਾਰੀ ਤੁਰੰਤ ਹੀ ਕਮੇਟੀ ਦੇ ਮੈਂਬਰਾਂ ਤੇ ਪਿੰਡ ਦੀ ਸੰਗਤ ਨੂੰ ਦਿੱਤੀ ਅਤੇ ਪਿੰਡ ਅੰਦਰ ਇਸ ਮਾੜੀ ਘਟਨਾ ਦੇ ਪ੍ਰਤੀ ਭਾਰੀ ਰੋਸ ਫੈਲ ਗਿਆ। ਇਸ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਘਟਨਾ ਦੀ ਖਬਰ ਮਿਲਦੇ ਸਾਰ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਰਵਿੰਦਰਪਾਲ ਸਿੰਘ ਸਿੱਧੂ ਐਸਪੀ, ਪ੍ਰੇਮ ਸਿੰਘ ਡੀਐਸਪੀ, ਇੰਸਪੈਕਟਰ ਹਰਗੁਰਦੇਵ ਸਿੰਘ ਐਸਐਚਓ ਹਰਿਆਣਾ ਮੌਕੇ ਤੇ ਪਹੁੰਚ ਗਏ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਗੁਰਦੁਆਰਾ ਸਾਹਿਬ ਵਿਖੇ ਹੋਈ ਇਹ ਘਟਨਾ ਸਾਰੀ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਜਦੋਂ ਸੀਸੀਟੀਵੀ ਕੈਮਰਿਆਂ ਨੂੰ ਖਗਾਲਿਆ ਗਿਆ ਤਾਂ ਪਤਾ ਲੱਗਾ ਕਿ ਲਵਦੀਪ ਸਿੰਘ ਉਰਫ ਲੱਖੀ ਇੱਕ 13-14 ਸਾਲ ਦਾ ਬੱਚਾ ਹੈ, ਜਿਸ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਕੇ ਉਸ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। ਪਿੰਡ ਵਾਸੀਆਂ ਦੀ ਇਹੀ ਮੰਗ ਹੈ ਕਿ ਇਸ ਦੇ ਪਿੱਛੇ ਦੀ ਸਾਜ਼ਿਸ਼ ਸਾਫ਼ ਕੀਤੀ ਜਾਵੇ ਅਤੇ ਜੇਕਰ ਕਿਸੇ ਦੀ ਸਾਜ਼ਿਸ਼ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਸਾਡੀ ਹਿਰਾਸਤ ਵਿੱਚ ਹੈ, ਉਹਨੂੰ ਅਰੈਸਟ ਕਰ ਲਿਆ ਹੈਗਾ, ਬਾਕੀ ਥੋਰੋਲੀ ਅਸੀਂ ਪੁੱਛਗਿੱਛ ਕਰ ਰਹੇ ਹਾਂ। ਸਰ, ਪਿੰਡ ਵਾਸੀ ਲਗਾਤਾਰ ਜਦੋਂ ਤੋਂ ਇਹ ਵੀ ਆਪਾਂ ਇੱਥੇ ਖੜੇ ਹਾਂ, ਪਿੰਡ ਵਾਸੀਆਂ ਦਾ ਸਿਰਫ ਇੱਕ ਹੀ ਮੰਗ ਆ ਵੀ ਉਹਦੀ ਤਫਤੀਸ਼ ਕੀਤੀ ਜਾਵੇ, ਵੀ ਜੇ ਸ਼ਰਾਰਤ ਸੀ ਤਾਂ ਕਿਹਦੇ ਵੱਲੋਂ ਕਰਵਾਈ ਗਈ। ਦੇਖੋ, ਇਹ ਜਿਹੜਾ ਇਹਦੇ ਵਿੱਚ ਅਸੀਂ ਦੋਸ਼ੀ ਨੂੰ ਅਰੈਸਟ ਕਰ ਲਿਆ, ਥੋਰੋਲੀ ਇਹਦੀ ਇਨਵੈਸਟੀਗੇਸ਼ਨ ਇਹਦੀ ਕੀਤੀ ਜਾ ਰਹੀ ਹੈ ਵੀ ਇਹਨੇ ਕਿਸੇ ਨੇ ਇਹਦਾ ਕੋਈ ਹੋਰ ਕਿਸੇ ਦਾ ਰੋਲ ਹੈਗਾ ਨਹੀਂ ਹੈਗਾ, ਸਾਰਾ ਥੋਰੋਲੀ ਵੈਰੀਫਾਈ ਹੋਏਗਾ। ਅਗਰ ਕਿਸੇ ਦਾ ਹੋਰ ਦਾ ਵੀ ਪਾਇਆ ਗਿਆ ਤਾਂ ਉਹਦੇ ਖਿਲਾਫ਼ ਵੀ ਕਾਰਵਾਈ ਹੋਏਗੀ। ਅੱਜ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀਆਂ ਸਾਰੇ ਪਾਸੇ ਧੁੰਮਾਂ ਮਨਾਈਆਂ ਜਾ ਰਹੀਆਂ, ਦੂਸਰੇ ਪਾਸੇ ਸਾਡੇ ਏਰੀਏ ਦੇ ਵਿੱਚ ਪਿੰਡ ਫਾਮਲਾ ਦੇ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਕੀ ਕਹੋਗੇ? ਦੇਖੋ, ਜਿਵੇਂ ਹੀ ਸਾਨੂੰ ਪਤਾ ਲੱਗਾ, ਇਹ ਪੁਲਿਸ ਪ੍ਰਸ਼ਾਸਨ ਵੀ ਉਸੇ ਵੇਲੇ ਹਰਕਤ 'ਚ ਆ ਗਿਆ ਅਤੇ ਪਿੰਡ ਵਾਸੀਆਂ ਨੇ ਵੀ ਜਿਸਲੇ ਇਹਨਾਂ ਨੂੰ ਇਹ ਗਿਆਨ ਵਿੱਚ ਗੱਲ ਆਈ ਆ ਉਸੇ ਵੇਲੇ ਹਰਕਤ 'ਚ ਆ ਗਏ। ਔਰ ਮੈਂ ਪਿੰਡ ਵਾਸੀਆਂ ਦਾ ਵੀ ਅਤੇ ਪੁਲਿਸ ਦਾ ਵੀ ਧੰਨਵਾਦ ਕਰਦਾ, ਇਹਨਾਂ ਨੇ ਸਾਰੀ ਸੀਸੀਟੀਵੀ ਫੁਟਿੰਗ ਲੈ ਕੇ ਉਹ ਬੰਦਾ ਲੋਕੇਟ ਕੀਤਾ, ਉਹਦੇ ਘਰ ਜਾ ਕੇ ਵੇਰੀਫਾਈ ਕੀਤਾ, ਉਹਦੇ ਕੱਪੜੇ ਪੁਲਿਸ ਨੇ ਕਬਜ਼ੇ ਵਿੱਚ ਲਏ ਆ। ਔਰ ਇਹ ਬਹੁਤ ਮੰਦਭਾਗੀ ਘਟਨਾ ਕਿ ਅੱਜ ਸਤਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਅਤੇ ਅੱਜ ਜਿਹੜੀ ਉਹ ਉਹਨੇ ਇਹ ਹਰਕਤ ਕੀਤੀ ਆ ਅਤੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ SP ਸਾਹਿਬ ਬੈਠੇ ਆ, ਇਹਨਾਂ ਨੇ ਸਾਨੂੰ ਪੂਰੀ ਅਸ਼ੋਰੈਂਸ ਦਿੱਤੀ ਆ ਕਿ ਥੋਰੋਲੀ ਇਹਦੀ ਜਿਹੜੀ ਆ ਇਹਦੇ ਪਿੱਛੇ ਕੀ ਸਾਜ਼ਿਸ਼ ਆ ਜੋ ਵੀ ਆ ਉਹ ਸਾਰਾ ਇਹਦਾ ਜਿਹੜਾ ਆ ਉਹ ਪਰਦਾਫਾਸ਼ ਕੀਤਾ ਜਾਊਗਾ ਸਾਰਾ। ਅਤੇ ਪਿੰਡ ਵਾਸੀ ਵੀ ਸਾਰੇ ਇਹੋ ਚਾਹੁੰਦੇ, ਅਸੀਂ ਵੀ ਪ੍ਰਸ਼ਾਸਨ ਕੋਲੋਂ ਇਹੋ ਮੰਗ ਕੀਤੀ ਆ ਵੀ ਇਹਦੀ ਥੋਰੋਲੀ ਇਨਵੈਸਟੀਗੇਸ਼ਨ ਜਿਹੜੀ ਆ ਇਹ ਹੋਣੀ ਚਾਹੀਦੀ। ਤੁਹਾਨੂੰ ਸਭ ਪਤਾ ਕਿੱਦਾਂ ਲੱਗਾ ਇਹਦਾ? ਇਹ ਐਕਚੁਅਲੀ ਜਿਸਲੇ 6:21 'ਤੇ ਐਜ ਪਰ CCTV ਫੁਟਿੰਗ ਜਿਹੜਾ ਇਹ ਮੁੰਡਾ ਅੰਦਰ ਦਾਖਲ ਹੋਇਆ ਔਰ ਫੁਟਿੰਗ ਦੇ ਵਿੱਚ ਹੀ ਇਹ ਪਹਿਲਾਂ ਇਹਨੇ ਪੈਸੇ ਗੋਲਕ ਤੋਂ ਚੱਕੇ, ਫਿਰ ਇਹਨੇ ਉੱਥੇ ਬੇਅਦਬੀ ਕੀਤੀ। 6:24:25 'ਤੇ ਇੱਥੋਂ ਇਹ ਚਲਿਆ ਗਿਆ, ਫਿਰ ਪ੍ਰਭਾਤ ਫੇਰੀ ਦੇ ਵਿੱਚ ਵੀ ਕਿਉਂਕਿ ਸੰਗਤ ਗਈ ਹੋਈ ਸੀ, ਉੱਥੋਂ ਫਿਰ 10:00 ਲਗਭਗ ਇੱਥੋਂ ਜਿਹੜੇ ਪਾਠ ਕਰਦੇ ਪਾਠੀ ਸਿੰਘ ਲਖਵਿੰਦਰ ਸਿੰਘ ਜੀ ਉਹਨਾਂ ਨੇ ਆਨੰਦ ਕਾਰਜ ਕੋਈ ਕਰਾਉਣਾ ਸੀ, ਆਨੰਦ ਕਾਰਜ ਕਰਾਉਣ ਲੱਗੇ ਜਿਹਲੇ ਸਤਿਗੁਰਾਂ ਦੇ ਦਰਸ਼ਨ ਕੀਤੇ ਅਤੇ ਮੋਹਰੇ ਪੱਤਰਿਆਂ ਦੀ ਬੇਅਦਬੀ ਹੋਈ ਹੋਈ ਸੀ। ਉਹਨੇ ਉਸਲੇ ਸੰਗਤ ਬਾਹਰ ਨਿਸ਼ਾਨ ਸਾਹਿਬ ਦੀ ਚੋਲੇ ਦੀ ਸੇਵਾ ਕਰਦੀ ਸੀ, ਉਹਨਾਂ ਨੇ ਉਸਲੇ ਫਿਰ ਇਹ ਸਾਰੀ ਇਹਦੀ ਜਿਹੜੀ ਆ ਪੁੱਛ ਪੜਤਾਲ ਕਰਕੇ ਅਤੇ ਤੁਰੰਤ ਫਿਰ ਪੁਲਿਸ ਨੂੰ ਇਹਨਾਂ ਨੇ ਇਨਫੋਰਮ ਕੀਤਾ। 11:00 ਦੀ ਲਗਭਗ ਸਾਰੀ ਘਟਨਾ ਫਿਰ ਇਹਨਾਂ ਨੂੰ ਸਾਰੀ ਜਾਣਕਾਰੀ 'ਚ ਆ ਗਈ ਸੀ। ਸੰਤੁਸ਼ਟੀ ਹੈ ਜੋ ਵੀ ਹੱਲ? ਦੇਖੋ, ਅੱਜ ਕਿਉਂਕਿ ਬੰਦਾ ਫੜਿਆ ਗਿਆ ਮੌਕੇ ਦੇ ਉੱਤੇ, CCTV ਫੁਟਿੰਗ ਵਿਤਾਊਟ ਜਿਹੜੀਆਂ ਉਹ ਕਬਜ਼ੇ ਵਿੱਚ ਪੁਲਿਸ ਨੇ ਲੈ ਲਈਆਂ ਸਾਰੀਆਂ, ਅਤੇ ਅਸੀਂ ਜਿਹੜੀ ਹੁਣ ਤੱਕ ਦੀ ਆ ਵੀ ਮੌਕੇ 'ਤੇ ਮੁਲਜ਼ਮ ਫੜਿਆ ਗਿਆ ਇਹਦੇ 'ਤੇ ਸਾਨੂੰ ਸੰਤੁਸ਼ਟੀ ਵੀ ਆ ਅਤੇ ਗਾਂਹ ਦੀ ਸੰਤੁਸ਼ਟੀ ਵੀ, ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਆ ਉਹ ਜ਼ਰੂਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, ਉਹ ਜ਼ਰੂਰ ਨੰਗੀ ਕੀਤੀ ਜਾਵੇ। ਓਕੇ। ਚੜ੍ਹਦੀ ਕਲਾ TMTV ਲਈ ਹੁਸ਼ਿਆਰਪੁਰ ਤੋਂ ਸੁਖਵਿੰਦਰ ਸਿੰਘ ਹੀਰਾ ਦੀ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ TIME TV ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।